ਟੀਮ ਖਹਿਰਾ, ਟੀਮ ਲੋਕ ਇਨਸਾਫ ਪਾਰਟੀ, ਟੀਮ ਪੰਜਾਬ ਮੰਚ, ਇਹ ਤਿੰਨੇ ਇਕੱਠੇ ਹੋਏ ਨੇ ਔਰ ਅਸੀਂ ਸਾਨੂੰ ਲੱਗਦਾ ਕਿ ਅਸੀਂ ਲੋਕਾਂ ਦੇ ਜੋ ਇੰਟਰਸਟ ਨੇ, ਜੋ ਲੋਕਾਂ ਜੋ ਪੰਜਾਬ ਦੇ ਹਿੱਤ ਨੇ, ਉਹਨਾਂ ਦੀ ਨੁਮਾਇੰਦਗੀ ਕਰ ਰਹੇ ਹਾਂ। ਉਹਨਾਂ ਨੂੰ ਅਸੀਂ ਜੋ ਸੁਪਨਾ ਉਹਨਾਂ ਟੁੱਟਿਆ ਹੈਗਾ ਵਾਰ ਵਾਰ, ਉਹਨੂੰ ਅਸੀਂ ਸੁਪਨੇ ਨੂੰ ਸਾਕਾਰ ਕਰਨ ਲਈ ਯਤਨਸ਼ੀਲ ਹੈਗੇ ਹਾਂ। ਅਤੇ ਇਸ ਤੋਂ ਇਲਾਵਾ ਪੰਜਾਬ 'ਚ ਹੋਰ ਵਿਅਕਤੀ ਵੀ ਨੇ, ਸੰਗਠਨ ਵੀ ਨੇ, ਪਾਰਟੀ ਵੀ ਨੇ, ਜਿਹਨਾਂ ਨਾਲ ਅਸੀਂ ਗੱਲਬਾਤ ਚਲਾਉਣੀ ਚਾਹਾਂਗੇ। ਉਹਨਾਂ 'ਚ ਸੁੱਚਾ ਸਿੰਘ ਛੋਟੇਪਰ ਹੈਗੇ ਹੈ, ਉਹਨਾਂ 'ਚ ਜਗਮੀਤ ਬਰਾੜ ਹੈਗੇ ਹੈ, ਉਹਨਾਂ 'ਚ ਹੋਰ ਬਹੁਤ ਸਾਰੇ ਇੰਡੀਵਿਜੁਅਲਸ ਵੀ ਹੈਗੇ ਹੈ, ਜਿਹਨਾਂ ਨੂੰ ਅਸੀਂ ਚਾਹਾਂਗੇ ਕਿ ਅਸੀਂ ਸਾਰੇ ਇੱਕ ਗਲਵੱਕੜੀ ਪਾ ਕੇ ਇਕੱਠੇ ਹੋ ਕੇ ਅਸੀਂ ਇੱਕ ਸਾਂਝਾ, ਮੈਂ ਫਿਰ ਮੁੜ ਕੇ ਜ਼ੋਰ ਦਿੰਦਾ, ਸਾਂਝਾ ਸਿਆਸੀ ਟੀਚਾ ਮਿੱਥ ਕੇ, ਜਿਹੜਾ ਕਿ ਫੈਡਰਲ ਭਾਰਤ, ਜਮਹੂਰੀ ਪੰਜਾਬ ਅਤੇ ਪੰਜਾਬ ਨੂੰ ਖੁਦਮੁਖਤਿਆਰੀ ਦਾ ਹੀ ਹੋ ਸਕਦਾ ਹੈਗਾ, ਮਤਵਾਦਲ ਸਿਆਸਤ ਇਹੀ ਬਣਦੀ ਹੈਗੀ ਹੈ। 70 ਸਾਲ ਜਿਹੜਾ ਫਰੇਮਵਰਕ ਹੈ ਸਿਆਸਤ ਦਾ, ਜਿਹੜਾ ਚੌਕਟਾ ਹੈਗਾ, ਉਹਨੂੰ ਚੈਲੰਜ ਕੀਤਿਓ ਬਗੈਰ, ਉਹਨੂੰ ਤੋੜਿਓ ਬਗੈਰ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਹੈਗਾ। ਇੱਕ ਤਾਂ ਪਹਿਲਾਂ ਮੈਂ ਜ਼ਿਕਰ ਕੀਤਾ ਜਿਵੇਂ ਕਿ ਫੈਡਰਲ ਇੰਡੀਆ, ਡੈਮੋਕ੍ਰੈਟਿਕ ਪੰਜਾਬ ਅਤੇ ਭਾਰਤ ਅੰਦਰ ਪੰਜਾਬ ਨੂੰ ਖੁਦਮੁਖਤਿਆਰੀ ਜਾਂ ਰਾਜਾਂ ਨੂੰ ਖੁਦਮੁਖਤਿਆਰੀ, ਇਹ ਮੁੱਦਾ ਹੈਗਾ। ਦੂਜਾ, ਖਹਿਰਾ ਸਾਹਿਬ ਦੀ ਜਿਹੜੀ ਮੰਗ ਹੈਗੀ ਹੈ, ਬਿਲਕੁਲ ਜਾਇਜ਼ ਮੰਗ ਹੈਗੀ ਹੈ ਕਿ ਵੀ ਪੰਜਾਬ 'ਚ ਜਿਹੜੀ ਸਿਆਸੀ ਵਸਾਤ ਪਛਾਣ ਦਾ ਅਧਿਕਾਰ, ਸੰਗਠਨਾਤਮਕ ਵਸਾਤ ਪਛਾਣ ਦਾ ਅਧਿਕਾਰ, ਉਹ ਪੰਜਾਬੀ ਲੀਡਰਸ਼ਿਪ ਕੋਲ ਚਾਹੀਦਾ ਹੈਗਾ। ਹਰ ਪਾਰਟੀ 'ਚ ਕੇਂਦਰ ਦੇ ਅਬਜ਼ਰਵਰ ਹੁੰਦੇ, ਅਬਜ਼ਰਵ ਤੌਰ 'ਤੇ ਕੋ ਆਵੇ ਜੀ ਆਇਆਂ ਨੂੰ, ਪਰ ਜੇ ਕਹੋ ਕਿ ਪੰਜਾਬ ਅੰਦਰ ਰਹਿ ਕੇ ਪੰਜਾਬ ਜਿਸ ਤਰ੍ਹਾਂ ਸਿਆਸੀ ਵਸਾਤ ਵਿਛਾਈ ਗਈ, ਖੁਦ ਦਿੱਲੀ ਵੱਲੋਂ ਆ ਕੇ ਟਿਕਟਾਂ ਵੰਡੀਆਂ ਗਈਆਂ, ਪੰਜਾਬ ਦੀ ਲੀਡਰਸ਼ਿਪ ਨੂੰ ਦਰਕਿਨਾਰ ਕੀਤਾ ਗਿਆ, ਜਾਂ ਬੱਦੂ ਬਣਾਇਆ ਗਿਆ, ਜਾਂ ਛੋਟੇਪੁਰ ਸਾਹਿਬ ਨੂੰ ਬਿਲਕੁਲ ਖੀਰਲੀ ਘੜੀ 'ਤੇ ਜਾ ਕੇ ਜਿਸ ਤਰ੍ਹਾਂ ਜਲੀਲ ਕਰਕੇ ਕੱਢਿਆ ਗਿਆ, ਇਹ ਸਿਆਸਤ ਗਲਤ ਸੀਗੀ, ਇਹ ਪੰਜਾਬ ਦੇ ਹੱਕਾਂ 'ਤੇ ਛਾਪਾ ਸੀਗਾ। ਇੱਕ ਪਾਰਟੀ ਦਾ ਜੋ ਜਮਹੂਰੀ ਇੱਕ ਕਿਰਦਾਰ ਸੀਗਾ, ਉਹ 'ਤੇ ਕਲੰਕ ਹੈਗਾ ਆ। ਇੱਕ ਤਾਂ ਉਹ ਹੈ ਕਿ ਵੀ ਪੰਜਾਬ 'ਚ ਸਿਆਸੀ ਵਸਾਤ ਪਛਾਣ ਦਾ ਅਧਿਕਾਰ ਇਕੱਲੇ ਪੰਜਾਬ 'ਚ ਨਹੀਂ, ਸਾਰੀਆਂ ਹਿੰਦੁਸਤਾਨ 'ਚ ਸਿਆਸੀ ਵਸਾਤ, ਸੰਗਠਨ ਦੀ ਵਸਾਤ ਪਛਾਣ ਦਾ ਅਧਿਕਾਰ ਉਹ ਲੋਕਲ ਲੀਡਰਸ਼ਿਪ, ਉਸ ਦੀ ਸਥਾਨਕ ਲੀਡਰਸ਼ਿਪ, ਉਹਦੇ ਰਾਜ ਦੀ ਲੀਡਰਸ਼ਿਪ ਕੋਲ ਚਾਹੀਦਾ, ਉਹ ਮੰਗ ਮੰਨ ਲੈਣ। ਉਹ ਦੂਜਾ ਹੈਗਾ ਕਿ ਪੰਜਾਬ ਦਾ ਜਿੰਨਾ ਸੰਗਠਨ ਹੈਗਾ ਕੇਰਾਂ ਤੋੜ ਕੇ ਦੁਬਾਰਾ ਬਣਾਉਣ, ਉਹ ਗਾਂਧੀ ਵੀ ਹੋਊਗਾ, ਖਹਿਰਾ ਸਾਹਿਬ ਵੀ ਹੋਣਗੇ, ਭਗਵੰਤ ਮਾਨ ਵੀ ਹੋਊਗਾ, ਸਾਰਿਆਂ ਲੋਕ ਇਕੱਠੇ ਕਰਕੇ ਇੱਕ ਮੰਚ 'ਤੇ ਹੋ ਕੇ ਨਵਾਂ ਸੰਗਠਨ ਬਣੇ, ਨਵੇਂ ਅਹੁਦਿਆਂ। ਮੈਨੂੰ ਤਾਂ ਕੋਈ ਲਾਲਚ ਨਹੀਂ ਹੈਗਾ, ਨਾ ਮੈਂ ਕੋਈ ਨਾ ਮੇਰੇ 'ਚ ਕੋਈ ਲਾਲਸਾ ਹੈਗੀ ਕੋਈ। ਅਸੀਂ ਤਾਂ ਜਿਹੜੀ ਜਮਹੂਰੀਅਤ ਹੈਗੀ ਹੈ, ਜਿਹੜੀ ਕਿ ਕਿਸੇ ਵੀ ਸਮਾਜ ਦਾ ਥੰਮ ਹੁੰਦੀ ਹੈ, ਸਿਆਸਤ ਦਾ ਥੰਮ ਹੁੰਦੀ ਹੈ, ਉਹਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਮਹੂਰੀਅਤ ਨੂੰ। ਔਰ ਜੇ ਕੋਈ ਬੰਦਾ ਜਮਹੂਰੀਅਤ ਨੂੰ ਢਾਹ ਲਾ ਕੇ ਕੋਈ ਪਾਰਟੀ ਸਾਰਦਾ ਹੈਗਾ, ਤਾਂ ਉਹ ਪਾਰਟੀ ਸਹੀ ਮਾਇਨੇ 'ਚ ਉਹ ਪਾਰਟੀ ਅੱਗੇ ਨਹੀਂ ਵੱਧ ਸਕਦੀ। ਉਹ ਰੂਹਾਨੀ ਅਤੇ ਕਾਲੇ ਇਲਮ ਦੀ ਮਾਹਿਰ ਬੇਗਮ ਰੁਖਸਾਨਾ ਜੀ, ਇੱਕ ਘੰਟੇ ਦੇ ਵਿੱਚ ਹੱਲ, ਵਸ਼ੀਕਰਨ ਮਾਹਿਰ, ਪਤੀ ਪਤਨੀ ਦੇ ਵਿੱਚ ਅਣਬਣ, ਵਿਦੇਸ਼ ਯਾਤਰਾ ਦੇ ਵਿੱਚ ਰੁਕਾਵਟ, ਵਿਆਹ ਦੇ ਵਿੱਚ ਦੇਰੀ, ਪਿਆਰ ਵਿਆਹ, ਪਿਆਰ ਦੇ ਵਿੱਚ ਧੋਖਾ ਖਾਏ ਪ੍ਰੇਮਿਕਾ ਪ੍ਰੇਮੀ, ਤੁਰੰਤ ਮਿਲੋ, ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗੇ। ਹਰ ਸਮੱਸਿਆ ਦਾ ਹੱਲ 101% ਗਰੰਟੀ ਦੇ ਨਾਲ ਕਰਾਂਗੇ। ਕਾਲੇ ਇਲਮ ਦਾ ਸਮਾਧਾਨ ਗਰੰਟੀ ਦੇ ਨਾਲ ਕਰਾਓ। ਪੁਰਾਣੇ ਤੋਂ ਪੁਰਾਣਾ ਜਾਦੂ ਜੜ ਤੋਂ ਖਤਮ। ਸੰਪਰਕ ਕਰੋ 97817 71820।